ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਭੈਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਸਰਮ ਸਿੰਘ ਕੋਲ ਆ ਚੁੱਕੇ ਹਾਂ, ਪਰ ਅੱਜ ਬਾਈ ਕੋਲ ਸਾਧਾਰਨ ਚੋਟੀਆਂ, ਪਰ ਚੋਟੀਆਂ ਕਿਹਦੀਆਂ ਕਹਾਉਂਦੀਆਂ, ਪੂਰੇ ਰਾਜੀ ਬਾਜੀ ਨੜੋਈਆਂ। ਬਾਕੀ ਆਪਾਂ ਬਾਈ ਜੀ ਨੇ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਬਾਜੀ, ਮੇਰਾ ਬਾਜੀ, ਮੇਰਾ ਕਿਰਪਾ ਗੁਰੂ ਰਾਮਦਾਸ ਦੀ ਬਾਜੀ ਬਾਜੀ, ਪਹਿਲਾਂ ਫਤਿਹ ਦੀ ਸਾਂਝ ਬਾਜੀ। ਸਾਰੇ ਵੀਰਾਂ, ਭੈਣਾਂ, ਭਰਾਵਾਂ, ਬਜ਼ੁਰਗਾਂ ਨੂੰ, ਦੇਸਾਂ ਵਿਦੇਸਾਂ 'ਚ ਰਹਿੰਦਿਆਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤ ਰੱਖੇ, ਆਪਣੀ ਕਿਰਪਾ ਬਣਾਈ ਰੱਖੇ। ਬਿਲਕੁਲ ਜੀ, ਤੰਦਰੁਸਤੀ ਆ ਸੰਦੀਪ ਜੀ, ਸਾਰਾ ਕੁਛ, ਸਾਰਾ ਕੁਛ, ਪਰਿਵਾਰ ਤੰਦਰੁਸਤ ਵਾ, ਅਸੀਂ ਵੀ ਬਾਗੋ ਬਾਗ ਨੇ, ਸਾਡੇ ਵੀ ਨਜ਼ਾਰੇ ਤੇ ਪਰਿਵਾਰ ਦੀ ਸੁੱਖ ਸਵੇਰੇ ਉੱਠ ਕੇ ਮੰਗੀ ਦੀ ਆ ਤੇ ਪਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ, ਮਾਂ ਪਿਓ ਦੀ ਸੇਵਾ ਕਰੋ, ਸਤਿਕਾਰ ਕਰੋ, ਇਹ ਅਨਮੋਲ ਖਜ਼ਾਨੇ ਮੁੜ ਕੇ ਮਿਲਣੇ ਨਹੀਂ ਮਿਲਣੇ ਜੀ। ਜਿੰਨੇ ਸਾਂਭੇ ਜਾਂਦੇ ਸਾਂਭ ਲਓ, ਜਿਹੜਾ ਭਟਕਿਆ ਵਾ ਉਹ ਇਸ ਲੈਣ ਤੇ ਆ ਜਾਓ। ਪਿਆਰ ਸਾਰੇ ਕਰਦੇ, ਮਾਂ ਪਿਓ ਨੂੰ ਸਿਰਫ ਜਿਤਾਉਣਾ ਨਹੀਂ ਆਉਂਦਾ, ਪਿਆਰ ਸਭ ਕਰਦੇ ਆ। ਕੋਈ ਇਹ ਨਹੀਂ ਵੀ ਆਪਣੇ ਮਾਂ ਪਿਓ ਨੂੰ ਪਿਆਰ ਨਹੀਂ ਕਰਦਾ, ਕਰਦੇ ਸਾਰੇ ਆ, ਪਰ ਕਿਸੇ ਕਿਸੇ ਨੂੰ ਜਿਤਾਉਣਾ ਨਾ ਕਿਸੇ ਨੂੰ ਨਹੀਂ ਆਉਂਦਾ। ਤੇ ਜਿਹਨੂੰ ਨਹੀਂ ਆਉਂਦਾ ਉਹ ਵੀ ਸਿੱਖੋ, ਮਾਂ ਪਿਓ ਸਤਿਕਾਰ ਕਰਿਆ ਕਰੋ, ਜੇ ਉਹ ਸਾਡੇ ਨਾਲ ਗੁੱਸੇ ਵੀ ਹੁੰਦੇ ਆ ਕੁਛ ਵੀ ਨਹੀਂ, ਤੇ ਸਾਡੀਆਂ ਗਲਤੀਆਂ ਤੋਂ ਜਿੰਨਾ ਚਿਰ ਉਹਨਾਂ ਨੂੰ ਸਾਹ ਆਉਂਦਾ ਸਾਨੂੰ ਸਿੱਖਿਆ ਦੇਈ ਜਾਂਦੇ ਆ। ਬਿਲਕੁਲ ਜੀ, ਤੇ ਜਿੰਨੀ ਲਈ ਜਾਂਦੀ ਲੈ ਲਓ, ਲੈ ਲਓ। ਜਿੰਨਾ ਘਰਾਂ ਦੇ ਵਿੱਚ ਮਾਂ ਪਿਓ ਦੇ ਸਤਿਕਾਰ ਹੁੰਦੇ ਨਾ, ਉਹ ਘਰ ਸਵਰਗ ਜੇ। ਕਦੀ ਕੋਈ ਮਤਲਬ ਝਗੜਾ ਤੂੰ ਮੈਂ ਨਹੀਂ ਕਦੀ ਉਹਨਾਂ ਘਰਾਂ 'ਚ ਹੁੰਦੀ, ਅਤੇ ਇਸ ਕਰਕੇ ਮਾਂ ਪਿਓ ਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ, ਅਤੇ ਉਹਨਾਂ ਦੇ ਨਾਲ ਰਲ ਮਿਲ ਕੇ ਉਹਨਾਂ ਦੀ ਸਲਾਹ ਨਾਲ ਰਿਹਾ ਕਰੋ। ਜੋ ਆਉਂਦੇ ਹੋ ਕਰੋ, ਉਹ ਜੋ ਵੀ ਕਰਨਗੇ ਚੰਗਾ ਹੀ ਕਰਨਗੇ, ਬੱਚੇ ਦੇ, ਧੀ ਦੇ, ਪੁੱਤ ਦੇ ਭਲੇ ਵਾਸਤੇ ਕਰਨਗੇ ਜੋ ਕਰਨਗੇ। ਸਾਨੂੰ ਲੱਗਦਾ ਵਾ 20 ਸਾਲਾਂ ਬਾਅਦ ਜਦੋਂ ਪੀੜ੍ਹੀ ਬਦਲ ਜਾਂਦੀ ਹੈ ਨਾ, ਥੋੜ੍ਹਾ ਅਸੀਂ ਆਖਦੇ ਅਸੀਂ ਪਤਾ ਨਹੀਂ ਕੀ ਬਣ ਗਏ, ਬਣਦੇ ਕੁਛ ਨਹੀਂ, ਕੁਛ ਨਹੀਂ ਬਣਦੇ। ਅਸੀਂ ਪਹਿਲਾਂ ਆਉਂਦੇ ਹੁੰਦੇ ਨਾ, ਭਾਅ ਜੀ ਤੁਹਾਨੂੰ ਘੱਟ ਪਤਾ, ਹੁਣ ਸਾਡੇ ਸਾਨੂੰ ਆਉਂਦੇ ਤੁਹਾਨੂੰ ਘੱਟ ਪਤਾ। ਬਿਲਕੁਲ ਜੀ, 20 ਸਾਲਾਂ ਬਾਅਦ ਪੀੜ੍ਹੀ ਬਦਲ ਜਾਂਦੀ ਹੈ ਨਾ, ਜੋ ਪੀੜ੍ਹੀ ਬਦਲ ਜਾਂਦੀ ਆ, ਉਹ ਆਉਂਦੇ ਸਮੇਂ ਨਾ ਅਸੀਂ ਦੁਨੀਆਂ 'ਤੇ ਆਏ, ਪਰ ਨਾ ਜੋ ਤਜਰਬਾ, ਬਿਲਕੁਲ ਜੀ, ਉਹ ਤਜਰਬਾ ਜਿਹੜਾ ਸਭ ਤੋਂ ਵਧੀਆ ਵਾ। ਇਸ ਕਰਕੇ ਮਾਂ ਪਿਓ ਦੀ ਸੇਵਾ ਕਰਿਆ ਕਰੋ, ਸਤਿਕਾਰ ਕਰਿਆ ਕਰੋ, ਸੋਭਾ ਰਿਸ਼ਤੇਦਾਰ ਦੀ, ਜਾਗ ਦੀ, ਸਭ ਨੇ ਕਰਨੀ ਆ, ਬੜੇ ਮਾਂ ਪਿਓ ਨੂੰ ਸਾਂਭਦੇ ਆ, ਤੇ ਉਹੋ ਹੀ ਚੀਜ਼ ਵੇਖ ਕੇ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਕਰਨਗੇ। ਜੇ ਤੁਹਾਡੇ ਬੱਚੇ ਨਾ ਵੀ ਕਰਨਗੇ, ਤੁਸੀਂ ਇਹ ਤਾਂ ਕਹੋਗੇ ਨਾ ਅਸੀਂ ਆਪਣਾ ਮਾਂ ਪਿਓ ਕਿੱਦਾਂ ਸਾਂਭਿਆ ਸੀ, ਤੁਸੀਂ ਕੀ ਕਰਾਂਗੇ, ਕਹਿਣ ਜੋਗੇ ਤੇ ਹੋਵਾਂਗੇ। ਸਹੀ ਗੱਲ ਬਾਜੀ, ਤੇ ਇਸ ਕਰਕੇ ਕਹਿਣ ਜੋਗੇ ਬਣੋ, ਤਗੜੇ ਹੋ ਕੇ ਸੇਵਾ ਕਰਿਆ ਕਰੋ, ਬਸ ਇੰਨੀਆਂ ਕੁ ਬਾਜੀ। ਇਹ ਇਲਾਕਾ ਇੰਨਾ ਚੰਗਾ ਨਾ, ਵੀ ਮਹੀਆਂ ਜਿਹੜੀਆਂ ਲਿਆਂਦੀਆਂ ਵਾ, ਵੀ ਗਾਂ ਦੀਆਂ ਚੀਜ਼ਾਂ, ਅਜੇ ਦੋ ਮਹੀਆਂ ਇਹੋ ਜਿਹੀਆਂ ਵੇਚਤੀਆਂ ਨਾ, 2 30 ਦੀ ਤੇ 1 2 28 ਦੀ। ਅੱਛਾ, ਮਹੀਆਂ ਕਮਾਲ ਦੀਆਂ, ਉਹਨਾਂ ਕੋਲ ਤੋਕੜ ਕੱਪੜਾ ਪਾਈਆਂ, ਉਹ ਵੀ ਤੁਹਾਨੂੰ ਵਿਖਾਵਾਂਗੇ, ਅਜੇ ਉੱਥੇ ਬੰਨੀ ਉੱਥੇ ਵਿਖਾ ਦਾਂਗੇ ਤੁਹਾਨੂੰ, ਟੋਕੜਾ ਕੱਪੜਾ ਦੋ ਉਹਨਾਂ ਕੋਲ, ਦੋ ਟੋਕੜਾ ਕੱਪੜਾ ਮਿਲ ਜਾਣਾ। ਠੀਕ ਹੈ ਠੀਕ ਹੈ ਠੀਕ ਹੈ, ਬਾਹੀਆਂ ਚੰਗੀਆਂ, ਇਹ ਥੋੜੀ 10 15 ਦੀ ਕੱਚੀ, ਬਾਅਦ ਚ ਨਾ ਵਿਖਾ ਦਈਏ ਇਹਨੂੰ, ਜਾਣ ਦੋ ਜੀ, ਵੇਖੇ 10 12 15 ਦੇ ਲੈਂਦੀ ਆ, ਹਾਂਜੀ ਫੜ ਦੋ ਚੋਲੀ ਵੇਖੋ ਕਿੰਨੇ ਨਾ ਜੀ, ਇਹਦੀ ਚੋਲੀ ਤੇ ਮੈਂ ਨੂੰ ਥਾਣ ਸਿੰਘ ਪਿਓਰ ਜੁਗਰਾਜ ਦੀ, ਜੁਗਰਾਜ ਦੀ ਪਿਓਰ ਜੁਗਰਾਜ ਦੀ ਵੇਖੋ, ਜਿੰਨਾ ਨਾ ਉਹਨਾਂ ਸੰਦੀਪ ਜੀ ਇਹਦੀ ਮੈਨੂੰ ਉਹਨਾਂ ਤਾਰੀਫ ਕੀਤੀ ਆ ਨਾ, ਜੇ ਪਰਮਾਤਮਾ ਕੀਤਾ ਜੇ ਉਦਾਂ ਹੀ ਨਿਕਲੀ ਮਹੀਂ ਤੇ ਫੇਰ ਤੇ ਗੱਲਾਂ ਹੀ ਗਾਂ ਦੀ। ਵਾਹ ਜੀ ਵਾਹ, ਕੋਈ ਸਿੰਘ ਪੱਖੋਂ ਸੰਦੀਪ ਜੀ ਰੱਸਾ ਅਸੀਂ ਪਾਇਆ ਵਾ, ਖੁੱਲੀ ਛੱਡੀ ਸੀ ਮੈਂ, ਅੱਛਾ ਇੱਧਰ ਵੇਖ ਮੈਂ ਵੇਖੋ
ਵੇਖ ਕੇ ਇੱਧਰ ਨੂੰ ਤੇ ਕੀ ਆ ਇਹਨੂੰ ਡਿਜ਼ਾਈਨ ਹੀ ਕਿੰਨੇ ਲੱਗੇ ਆ ਬੜਾ ਡਿਜ਼ਾਈਨ ਲੱਗੇ ਭਾਈ ਵੇਖ ਸੰਦੀਪ ਜੀ ਡਿਜ਼ਾਈਨ ਲੱਗੇ ਇਹਨੂੰ ਜ਼ਿਆਦੀ ਕਮਾਲ ਹੋਈ ਪਈ ਆ ਬਿਲਕੁਲ ਜੀ ਕਿ ਕੋਈ ਮਤਲਬ ਗੱਲ ਹੀ ਨਹੀਂ ਕਰਨ ਵਾਲੀ ਆ ਤੁਹਾਡਾ ਕਰਕੇ ਆ ਨਾ ਭਾਵੇਂ ਜਿੱਦਾਂ ਕਰਕੇ ਮਰਜ਼ੀ ਇਹਨੂੰ ਨਾ ਆਹ ਇੱਕ ਦਾਂਟੇ ਲਾ ਲਈ ਫਿਰਦੀ ਆ ਬਿਲਕੁਲ ਜੀ ਜ਼ਿਆਦੀ ਕੰਮ ਦੀ ਚੀਜ਼ ਆ ਤੇ ਬਾਕੀ ਜੇ ਬਾਬੇ ਦੀ ਕਿਰਪਾ ਜੋ ਉਹਨਾਂ ਦੱਸਿਆ ਨਾ ਜੇ ਉਹਦੇ ਮੁਤਾਬਕ ਨਿਕਲੀ ਤੇ ਨਾ ਬਣਾਉਂਗੀ ਪੂਰਾ ਬਣੂਗਾ ਜੀ ਕੋਈ ਬਣੂਗਾ ਸੰਦੀਪ ਡੇਰੀ ਫਾਰਮ ਦਾ ਇੱਕ ਨਾਮ ਬਿਲਕੁਲ ਜੀ ਦਾਦੀ ਮੈਂ ਬਾਈ ਕੋਈ ਗੱਲ ਨਹੀਂ ਮੁੱਲ ਵੀ ਕਰ ਦਾਂਗੇ 10-15 ਦਿਨ ਰੁਕ ਜੀਏ ਸਾਹ ਲਈਏ ਚਲੋ ਠੀਕ ਜਿੱਦਾਂ ਦੀ ਮੈਂ ਹੋ ਜਾਏਗੀ ਉਦਾਂ ਦਾ ਹੀ ਮੁੱਲ ਕਰ ਦਾਂਗੇ ਠੀਕ ਹੈ ਨਾ ਕਿਉਂਕਿ ਇਹੋ ਜਿਹਾ ਸੌਦਾ ਜਿਹੜਾ ਸਦਾ ਸੌਦਾ ਹੁੰਦਾ ਵਾ ਸਦਾ ਕਰਕੇ ਲਈ ਆ ਬਾਣੀਆਂ ਭਰ ਕੇ ਨਹੀਂ ਲਈ ਜਾਂਦੀ ਮੈਂ ਇਹੋ ਜਿਹੀ ਸਦਾ ਸੌਦਾ ਸਦਾ ਦਾ ਕੰਮ ਇਹ ਵੀ ਸੰਦੀਪ ਜੀ ਦੂਜਾ ਸੁਆ ਝੋਟੀ ਆ ਸੂਈ ਹੈ ਜੀ ਇਹ ਸੂਈ ਆ ਇਹ ਕੱਲ ਦੀ ਮੈਂ ਸੂਈ ਆ ਤੇ ਸਾਰੀ ਖਾਲੀ ਮੈਂ ਵਾ ਇੱਥੇ ਇਧਰ ਆਵਤ ਕਿਤੇ ਮਾਸਾ ਮੈਂ ਕੋਈ ਗੱਲ ਹੋਈ ਮਾਜਾ ਪੂਰੀ ਵੱਡੀ ਸਿਰਾ ਮੈਂ ਬਸ 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 ਸੰਦੀਪ ਜੀ ਖਾਲੀ ਕੀਤੀ ਆ ਉਹ ਨਾੜੂ ਦੇ ਕੱਲ ਦਾ ਬੱਚਾ ਕੱਟਾ ਮਗਰ ਇਹਦੇ ਕੱਚਾ ਨਾੜੂਗਾ ਅਜੇ ਸੰਦੀਪ ਜੀ ਉਹਨਾਂ ਨੇ ਸਾਹ ਨਹੀਂ ਦੱਸਿਆ ਲੇਕਿਨ ਬੜੇ ਚੰਗੇ ਦੀ ਆ ਉਹ ਸਵੱਡਾ ਬੱਚਾ ਸੀ 2 ਮਹੀਨੇ ਉਹ ਸਾਰੀ ਚੌਂਕ ਹੈ ਤੇ ਸਾਰੀ ਗੇਲੀ ਕਰਤੀ ਆ ਘੱਟੋ ਘੱਟ ਵੀ ਤੇ 12 ਕਿਲੋ ਤੋਂ ਸਟਾਰਟ ਕਰੂਗੀ 12 ਕਿਲੋ ਦੀ ਸਟਾਰਟਿੰਗ ਹੋਊਗੀ ਹੁਣ ਠੀਕ ਆ ਇਦਾਂ ਇਹ ਵੀ ਥੋੜੀ ਜਿਹੀ ਲੋ ਜੀ ਇਹ ਵੀ ਦੇਖੋ ਉਹ ਕਿੱਡੀ ਵੱਡੀ ਮੈਂ ਉਹਨਾਂ ਬਣਾ ਲਓ ਉਹ ਤੋਂ ਵੱਡੀ ਲੱਗਦੀ ਆ ਉਹ ਤੋਂ ਵੱਡੀ ਵਾਕਈ ਉਹ ਤੋਂ ਵੱਡੀ ਲੱਗਦੀ ਮੈਂ ਬਹੁਤ ਤਕੜੀ ਮੈਂ ਜੀ ਕਿ ਕਿੱਥੇ ਮੈਂ ਉਹਨੂੰ ਪੇਠ ਪੁੜਾ ਲੱਗਾ ਤੇ ਕਿੱਧਰ ਨੂੰ ਵੇਖ ਲੇਵਾ ਲਾ ਕੇ ਆਵੇ ਬਿਲਕੁਲ ਜਾ ਕੇ ਵੇਖੀ ਤਕੜੇ ਤਕੜੇ ਪੀਸ ਆ ਵੇਖੋ ਬਰਾ ਵੱਡੀ ਮਾਝ ਆ ਤੇ ਕੱਟਾ ਮਾਰ ਆ ਵੇ ਰਿਗੇ ਲਾਇਆ ਤੂੰ ਕਿੰਨਾ ਕਰਨਾ ਤੇ ਆ ਵੇਖੋ ਬਰਾ ਸੰਦੀਪ ਜੀ 1,30,000 ਦੀ ਦਵਾਂਗੇ 1,30,000 ਦੀ 500 ਛੋੜ ਚੱਲਣ ਦੇ ਗਣਾ ਦੀ ਇਹ ਵੀ ਕੱਟੀ ਉਸੇ ਇਲਾਕੇ ਦੀ ਆ ਜਿੱਥੇ ਉਹ ਲਈਆਂ ਵਾ ਇੱਧਰ ਵੀ ਪਹਿਲਾ ਸੂਆ 2 ਮਹੀਨੇ ਦੀ ਸੂਈ ਆ ਉੱਥੇ ਦੁੱਧ 10 ਕਿਲੋ ਸੀ ਇਹਨੇ ਦਿਲ ਨਹੀਂ ਲਾਇਆ ਬਿਲਕੁਲ ਆ ਕੇ ਪੱਠਾ ਨਹੀਂ ਖਾਧਾ ਹੁਣ ਮਾੜਿਆ ਖਾਣ ਲੱਗੀ ਆ ਦੁੱਧ 10 ਹਾਂ ਕੱਟਾ ਮਗਰ ਇਹਦਾ ਦੁੱਧ 10 ਨਹੀਂ ਹੁਣ 8 ਮੰਨ ਕੇ ਲੈਣੀ 8 ਮੰਨ ਕੇ ਕਿਉਂਕਿ ਭਰਾ ਕੀਤਾ ਮੈਂ 2 ਕਿਲੋ ਐਵੇਂ ਘਟਾ ਜਾਂਦੀ ਆ ਇੱਧਰ ਵੇ ਕੱਲਾ ਬੱਚੇ ਨੂੰ ਦੁੱਧ ਛੱਡਿਆ ਉਹਨਾਂ ਨੇ ਹਾਂਜੀ ਫਿਰ ਇਹ ਸੰਦੀਪ ਜੀ 72,000 ਦੀ ਦੇਵਾਂਗੇ 72,000 500 ਰੁਪਇਆ ਛੋੜ
ਜੇ ਉਹ ਮਈ ਅੱਜ ਤਾਜ਼ੀ ਹੁੰਦੀ ਤੇ ਲੱਖ ਤੋਂ ਬਾਅਦ ਹੀ ਭਾਵੇਂ 10 ਹੁੰਦੀ ਜਾਂ 12 ਹੁੰਦੀ ਸੀ ਤੇ 2 ਮਹੀਨੇ ਚਾਹੀਦਾ ਵੀ ਖਿੱਚ ਲਿਆ ਨਹੀਂ ਬਿਲਕੁਲ ਠੀਕ ਹੈ ਬਾਹਲੀ ਚੰਗੀ ਆ ਮੰਗ ਸੀ ਬੰਦਿਆਂ ਦੀ ਵੀ ਚੰਗੀ ਮਈ ਲਿਆਓ ਭਾਵੇਂ ਉੱਚੇ ਬੱਚੇ ਤੇ ਲਿਆ ਕੇ ਦਿਓ ਥੋੜਾ ਮੁੱਲ ਸਾਹਿਬ ਚਲੋ ਠੀਕ ਆ ਇਹ ਸੰਦੀਪ ਜੀ ਦੂਜਾ ਸੁਗਾ ਹਾਂਜੀ ਇਹ ਵੀ ਉਸੇ ਜਗ੍ਹਾ ਦੀ ਮੈਂ ਇਹ ਗੱਬਣ ਜੀ ਆ ਗੱਬਣ ਇੱਧਰ ਵੇਖ ਲਿਆ ਕਿੱਥੇ ਲਾਇਆ ਕਿੱਥੋਂ ਕੱਢ ਕੇ ਲੈਣੇ ਪੀਸੇ ਮੈਂ ਕਹਾਂ ਲੇਵੇ ਦੇ ਕਮਾਲ ਕੀਤੇ ਆ ਖੋਲਿਓ ਚਲੋ ਪਰੋ ਜੀ ਨੂੰ ਵੀ ਫਸ ਜਾਏ ਦੰਗ ਦੋ ਤੇ ਸੁੱਕੂਗੀ ਜ਼ਿਆਦਾ ਟਾਈਮ ਨਹੀਂ ਲਊਗੀ ਦੇਖੋ ਕਰਾ ਦੇ ਇਹ ਵੀ ਚੀਜ਼ 6 ਮਈਆਂ ਲਿਆਂਦੀਆਂ ਸੰਦੀਪ ਜੀ ਚਾਰ ਬਾਤਰੀਆਂ ਠੀਕ ਆ ਦੋ ਵੇਚੀਆਂ ਹੁਣੇ ਆਈਆਂ ਮਈਆਂ ਬਾਹਲੀਆਂ ਚੰਗੀਆਂ ਸੀ ਵੇਖ ਸੰਦੀਪ ਜੀ ਲੇਵਾ ਇੱਕ ਵਾਰ ਮੈਂ ਇੱਧਰ ਵੇਖ ਲੇਵਾ ਕਿੱਥੇ ਲਾ ਕੇ ਬੈਠੀ ਹੈ ਆਂ ਦੋ ਲਓ ਆਂ ਦੋ ਇਹ ਸੰਦੀਪ ਜੀ ਕੋਈ ਵੀ ਨਿਸ਼ਾਨੀ ਮੈਂ ਨੀ ਆਦੀ ਵੀ ਮੇਰੇ ਕੋਲ ਨੀ ਹੈਗੀ ਵੇਖ ਇੱਕ ਵਾਰ ਥਾਣ ਲੇਵਾ ਬਿਲਕੁਲ ਇਸ 7 ਮਹੀਨਿਆਂ ਤੋਂ 8ਵਾਂ ਮਹੀਨਾ ਗੱਭ ਲੱਗ ਗਿਆ ਇਹਨੂੰ ਅੱਛਾ ਜੀ ਇਹਨੂੰ 8ਵਾਂ ਮਹੀਨਾ ਲੱਗਾ ਜੇ ਹਾਂਜੀ ਤੇ 6 ਕਿਲੋ ਦੁੱਧ ਅੱਜ ਅੱਛਾ ਮੇਰੇ ਘਰ ਚੋ ਲੈਣਾ ਵਾ ਹਾਂਜੀ ਅਗਲੇ ਘਰ ਕੁੱਟ ਦਵੇ ਜਾਂ ਨਾ ਦਵੇ 8ਵੇਂ ਮਹੀਨੇ ਚ ਪਤਾ ਨਹੀਂ ਨਹੀਂ ਪਤਾ ਨਹੀਂ ਪਤਾ ਤੇ ਪੂਰਾ 6 ਕਿਲੋ ਦੁੱਧ ਹੋਊਗਾ ਤੇ ਕੋਈ ਦੁਨੀਆ ਦੀ ਨਿਸ਼ਾਨੀ ਵਿਖਾ ਦੇ ਵੀ ਜਿਹੜੀ ਨਹੀਂ ਤੂੰ ਤੱਕ ਹੈ ਨਹੀਂ ਠੀਕ ਹੈ ਬਾਜੀ ਆ ਵਿਖਾਓ ਮੂੰਹ ਮਾਰ ਤੋਰ ਇਹਨੂੰ ਪਿਓਰ ਨੀਲੀ ਦੀ ਮੈਂ ਪਿਓਰ ਨੀਲੀ ਐਨ ਐਨ ਕਰ ਇਹ ਨਾ ਮਾੜਾ ਜਿਹਾ ਸੰਦੀਪ ਬੋਲ ਨਾ ਗੱਡੀ ਤੇ ਤਾਰ ਲੱਗਿਆ ਨਾ ਹਾਂਜੀ ਮਾੜਾ ਜਿਹਾ ਪੈਰ ਦੇ ਉੱਪਰ ਲਾਪੀ ਮੁੜ ਕੇ ਨਹੀਂ ਕਿਸੇ ਨੇ ਕਹਿਣਾ ਹਨਾ ਆ ਮਾੜਾ ਜਿਹਾ ਆ ਲੱਤ ਨਾ ਗੱਡੀ ਚ ਤਾਰ ਲੱਗਿਆ ਜਿਹਦਾ ਮਾੜੀ ਜੀ ਨਾ ਪਤਾ ਨਹੀਂ ਲੱਗਦਾ ਪਰ ਦੱਸ ਦੇਣਾ ਚੰਗਾ ਹੁੰਦਾ ਵਾ ਅਗਲਾ ਹਾਂਜੀ ਸਾਰੀਆਂ ਨਿਸ਼ਾਨੀਆਂ ਪੂਰੇ ਟੌਪ ਦੀ ਅੱਖ ਵੇਖ ਕਿੱਦਾਂ ਆ ਗੁਲਾਬੀ ਅੱਖ ਗੁਲਾਬੀ ਅੱਖ ਸਿੰਘ ਟੌਪ ਦਾ ਦੂਜਾ ਸੂਆ ਸੂਣ ਵਾਲੀ ਆ 6 ਕਿਲੋ ਮੇਰੇ ਘਰੋਂ ਚੋ ਕੇ ਲੈਣਾ ਟੌਪ ਦੀ ਚਵਾਈ ਹੋਊਗੀ 8ਵੇਂ ਮਹੀਨੇ ਚ ਮਹੀਂ ਲੱਗੀ ਹੋਊਗੀ ਗਰੰਟੀ ਨਾਲ 8ਵੇਂ ਮਹੀਨੇ ਚ ਮਹੀਂ ਲੱਗੀ ਹੋਊਗੀ ਹੁਣ ਦਵਾਂਗੇ 67,000 ਦੀ 67,000 ਦੀ 67,000 ਠੀਕ ਇਸ ਵੇਲੇ ਤੇ ਜੇ ਕਿਤੇ ਰਾਸੇ ਪੈ ਗਈ ਤੇ ਮਹੀਨਾ ਨੇ ਹੋ ਹੀ ਜਾਣਾ ਵਾ ਬਿਲਕੁਲ ਰਹਿ ਹੀ ਸਾਂਵ ਰਹਿ ਜਾਣੀ ਨਿਕੀ ਜੀ ਤੇ ਗਾਂ ਇਹ ਵੀ ਇੱਕ ਵੈਰਾਈਟੀ ਆ ਸਾਡੇ ਬੱਚਾ ਥੱਲੇ ਛੱਡੋ ਜੀ ਸਾਡੇ ਬੱਚਾ ਤੈਨੂੰ ਵਿਖਾਵਾਂ ਇਹ ਵੀ ਵੈਰਾਈਟੀ ਇੱਕ ਵਾਹ ਆ ਤਾਜ਼ੀ ਸੂਈ ਨਾ ਮਾ ਜੀ ਇਹ ਰਾਤੀ ਸੂਈ ਆ ਬੱਚਾ ਬੱਚਾ ਇੱਧਰ ਉਹ ਇਹ ਤਾਂ ਤੋਹਫਾ ਹੀ ਆ ਥੱਲੇ ਵਿਖਾਲਣ ਵਾਲਾ ਗੱਲ ਜਿਹੜੀ ਹੈ ਇੱਧਰ ਆ ਓਏ ਇੱਧਰ ਆ ਓਏ 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 ਇੱਧਰ ਆ ਉਹਨੀ ਬਾੜੀ ਲਾ ਦੇਣਾ ਜੀ ਜਿਆਦੀ ਬੋਲੀ ਆ ਤੇ ਸੰਦੀਪ ਜੀ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਪਤਾ ਹੀ ਇਦਾਂ ਹੀ ਇਹ ਪਤਾ ਕਿਹੜੀ ਵੈਰਾਈਟੀ ਆ ਜਿਹੜੇ ਸਾਡੇ ਬਜ਼ੁਰਗ ਨਹੀਂ ਰੱਖਦੇ ਤੇ ਪਹਿਲੀਆਂ ਉਹ ਆ ਉਦੋਂ ਉਹਨਾਂ ਦੀ ਉਮਰ 100 ਸਾਲ ਤੋਂ ਪਲੱਸ ਹੁੰਦੀ ਸੀ ਹਾਂਜੀ ਇਹਦਾ ਦੁੱਧ ਪੀਓ ਨਾ ਸ਼ੂਗਰ ਨਾ ਬੀਪੀ ਬੀਪੀ ਬਸ ਸਾਰੀਆਂ ਬਿਮਾਰੀਆਂ ਦਾ ਇਹ ਹੱਲ ਤੇ ਕੋਈ ਲੱਸੀ ਨਹੀਂ ਪਾਉਣੀ ਕੋਈ ਕੁਛ ਨਹੀਂ ਕਰਨਾ ਇਹਨੂੰ ਇਦਾਂ ਦੀ ਆ ਉਹ ਬੰਨੀ ਬੱਚਾ ਅੱਗੇ ਮਾੜਾ ਇੱਧਰ ਇਹ ਆ ਕੈਮਰਾ ਮੈਂ ਵੀ ਇੱਧਰ ਆ ਅੱਗੇ ਇਹ ਇੱਧਰ ਵੇਖ ਆ ਇੱਧਰ ਵੇਖ ਵੇਖ ਬਹੁਤ ਪੋਲੀ ਚੋਈ ਬਾਜੀ ਇੱਧਰ ਵੇਖ ਤੂੰ ਹੁਣ ਇੱਧਰ ਵੇਖ ਇਦਾਂ ਦੀ ਆ ਬਿਲਕੁਲ ਇਹਦਾ ਕੋਈ ਮੁੱਲ ਹੈਗਾ ਨਹੀਂ ਬਾਜੀ ਨਹੀਂ ਬਹੁਤ ਜਿੱਦਾਂ ਦਾ ਥਾਣ ਲਿਆ ਹੁਣ ਖੋਲ ਕੇ ਖੋਲੋ ਖੋਲੋ ਬਾਜੀ ਖੋਲੋ ਕਰਾਂ ਦੀ
ਵੇਖੀ ਕਰਦਾ ਸੀ ਜਿਆਦੀ ਕਮਾਲ ਦੀ ਚੀਜ਼ ਆ ਇਹ ਨਾ ਮੌਕੇ ਤੇ ਹੁਣੇ ਮਿਲੀ ਬਿਲਕੁਲ ਜੀ ਆਣ ਦੋ ਸੰਦੀਪ ਜੀ ਇੱਕ ਰਾ ਥਾਣ ਲੇਵਾ ਕਿੱਥੇ ਲੱਗਾ ਸੰਦੀਪ ਜੀ ਦੇਵਾਂਗੇ 27,000 ਦੀ 500 ਛੋੜ ਇਹ ਸੌਦਾ ਲੱਭਣਾ ਨੀ ਬਸ ਇਹ ਉਦਣ ਵਾਲੀ ਗੱਲ ਹੋਣੀ ਆ ਤਿੰਨਾਂ ਮਿੰਟਾਂ ਸਾਰੀਆਂ ਵੇਚ ਗਈਆਂ ਤੇ 72 ਘੰਟੇ ਵੇਟ ਵੀ ਦਿੱਤੀ 72 ਘੰਟੇ ਜਿਹੜੀ 58,000 ਦੀ ਗਾਈ ਪਾਈ ਨਾ ਸਾਰੇ ਆਖਣ 70 ਦੀ ਲੈ ਦੇ 70 ਦੀ ਲੈ ਦੇ ਮੈਂ ਕਿਹਾ ਚਲੀ ਗਈ ਉਹ ਵੀਰ ਜੀ ਗੁਰਸਿੰਦਰ ਸੀ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਦੇਤੀ ਤੇ ਮੈਂ ਕਿਹਾ ਤੁਸੀਂ ਲੈ ਜਾਓ ਕੋਈ ਬਾਕੀ ਤੁਹਾਨੂੰ ਦੂਜਾ ਵੀ ਮਾਰ ਦੋ ਆ ਵਾ ਇਹ ਟੋਕੜਾ ਗੰਭਣਾ ਵਾ ਦੁੱਧ ਸਮਝ ਥਣ ਥੋਣੀ ਪਾਸ ਹੋਣੀ ਆ ਦੁੱਧ ਨਾ ਸਮਝ ਨਾ ਹੀ ਆ ਨਹੀਂ ਦੁੱਧ ਨਹੀਂ ਸਮਝਣਾ ਹੈ ਨਾ ਦਾ ਇਹ ਕਿਹਦੇ ਕਿਹਨੇ ਮਨੇ ਆਪਣੇ ਦੋਵੇਂ ਜੀ ਇਹ 7ਵੇਂ ਮਹੀਨੇ ਚ ਦੋਵੇਂ ਲੱਗੀਆਂ ਦੋਵੇਂ 7ਵੇਂ ਮਹੀਨੇ ਚ ਲੱਗੀਆਂ ਐ ਦਾ ਤਾਂ ਮਹੀਨੇ ਕੱਦ ਵਜਨ ਵੀ ਬਹੁਤ ਜ਼ਿਆਦਾ ਹਾਂ ਜੀ ਆ ਫੜੇ ਵਿਖਾ ਦੇ ਦਿਖਾਉਂ ਜੀ ਆ ਵਿਖਾ ਦੇ ਮਾੜਾ ਲਾ ਲਾ ਤੋਰ ਦੇ ਲਓ ਜੀ ਤੋਰੋ ਤੋਰੋ ਵਿਖਾਓ ਜੀ ਠੀਕ ਹੈ ਸੰਦੀਪ ਨਹੀਂ ਠੀਕ ਹੈ ਬਾਈ ਜੀ ਚੰਗੇ ਤਾਂ ਤਲੇ ਜੀ ਚੰਗੇ ਰਿਕਾਰਡ ਵਾ ਠੀਕ ਇਹ ਸੰਦੀਪ ਜੀ ਦੇਵਾਂਗੇ ਆਪਾਂ 57,000 ਦੀ 57,000 ਦੀ ਦੇ ਦਾਂਗੇ ਠੀਕ ਆ ਨਾ ਤੇ 7ਵੇਂ ਮਹੀਨੇ ਚ ਲੱਗੀ ਹੈਗੀ ਆ ਦੁੱਧ ਦੀ ਨਾ ਸਮਝ ਕੇ ਕੋਈ ਘੁੱਟ ਦਿੰਦੀ ਵੀ ਉਹ ਦੂਜੇ ਘਰ ਦੇ ਨਾਂ ਨਹੀਂ ਠੀਕ ਆ ਆਹ ਸੰਦੀਪ ਜੀ ਬਹੁਤ ਵੱਡੀ ਝੋਟੀ ਆ ਹਾਂਜੀ ਭਾਰੀ ਪੂਰਾ ਸਿਰਾ ਝੋਟੀ ਆ ਬੜਾ ਹੀ ਸਿੰਗ ਸੁੰਗ ਲੱਗਾ ਹੈ ਆ ਮਾੜਾ ਮੂੰਹ ਵਿਖਾ ਦਿਓ ਇਹਦਾ ਇੱਧਰ ਆ ਦੇਖੋ ਬਹੁਤ ਹੀ ਨਿੱਕੀ ਸਿੰਗੀ ਲੱਗ ਰਹੀ ਹੈ ਜੀ ਬਹੁਤ ਪਾਲ ਮੈਂ ਦੂਜਾ ਸੁਗਾ ਸੋਨਾ ਵੇਖੋ ਢਿੱਲਾ ਢਾਲਾ ਆਜੋ ਜਾਓ ਜੀ ਮਗਰੋਂ ਮਗਰੋਂ ਵਜੇ ਬਹੁਤ ਮੋਟਾ ਮੋਟਾ ਥਾਣ ਥੁਣ ਬੜਾ ਮੋਟਾ ਲੱਗਾ ਸੰਦੀਪ ਜੀ ਉੱਤੋਂ ਵੇਖ ਬੜੀ ਬੋਲੀ ਹੋਵੇ ਜੀ ਬਹੁਤ ਪਾਲਵਾ ਮੈਂ ਦੇ ਕੋਲ ਹਾਂਜੀ ਤੇ ਇਹ ਸੰਦੀਪ ਜੀ ਇਹਦੇ ਵਿੱਚ ਇੱਕ ਕਮੀ ਵੀ ਜੀ ਹਾਂਜੀ ਟੱਬਰ ਜਿੱਦਾਂ ਮਰਜ਼ੀ ਲਈ ਫਿਰ ਇਹ ਕੁਛ ਨੀ ਆਂਦੀ ਤੇ ਬਾਕੀ ਮੇਰਾ ਭਾਵੇਂ ਨਿੱਕਾ ਜਿਹਾ ਨਿਆਣਾ ਵਾ ਉਹ ਕੋ ਵੀ ਖਿਲਾ ਕੇ ਥੋੜਾ ਕਰਦੇ ਹਾਂ ਦੂਜੇ ਨਵੇਂ ਬੰਦੇ ਨੂੰ ਫੂ ਫੂ ਕਰਦੀ ਆ ਇਹਨਾਂ ਨੂੰ ਕੁਛ ਨੀ ਆਂਦੀ ਹਾਂ
ਦੂਜੀ ਗੱਲ ਇਹ ਆ, ਇਹ ਦੱਸਦੀ ਆ ਕਿ 2-4-10 ਦਿਨ ਕਰੂਗੀ ਮਾੜਾ ਮਾੜਾ, ਜੋ ਤੁਹਾਡੀ ਹੋਗੀ ਤੁਹਾਡੀ ਬਣ ਜਾਣੀ ਆ, ਤੇ ਫੋਨ ਇਹੋ ਰਾਜੀ ਬਾਜੀ ਦਾ ਕਰਨਾ, ਇਹ ਨੀ ਆਖਣਾ ਮਾਰਦੀ ਆ। ਬਿਲਕੁਲ ਜੀ, ਠੀਕ ਆ, ਮੇਰੇ ਅਸੂਲ ਹੋਰ ਵਾ, ਬਿਲਕੁਲ ਸਹੀ, ਠੀਕ ਵਾ ਨਾ। ਤੇ ਮੁੱਲ ਇਹਦਾ ਦੇਵਾਂਗੇ, ਲਵਾਂਗੇ 70,000, 70,000, 70,000, ਠੀਕ ਆ ਬਾਈ। ਤੇ ਬਾਕੀ ਸੰਦੀਪ ਜੀ ਇਹੋ ਹੀ ਆਪਣੇ ਕੋਲ ਮਾਲ ਜੀ, ਠੀਕ ਆ। ਤੇ ਬਾਕੀ ਜਿਹਨੇ ਆਉਣਾ ਆਪਣੀ ਤਸੱਲੀ ਕਰ ਲੇ, ਆਨਲਾਈਨ ਪੁਰਾਣੇ ਵੀਰਾਂ ਵਾਸਤੇ ਆ, ਨਵਾਂ ਜਿਹੜਾ ਆਵੇ ਆਪਣੀ ਤਸੱਲੀ ਕਰਕੇ ਤੇ ਫੇਰ ਲੈ ਕੇ, ਬਿਲਕੁਲ ਜੀ, ਠੀਕ ਵਾ ਨਾ। ਬਿਲਕੁਲ, ਆਪਣੀ ਤਸੱਲੀ ਕਰਕੇ, ਜਿਹੜੇ ਪੁਰਾਣੇ ਉਹ ਸਾਰੇ ਜਾਣਦੇ ਆ, ਆ ਜਿੰਨਾ ਗੁਣ ਸੀ ਇਹ ਵੀ ਦੱਸਤਾ, ਬਿਲਕੁਲ ਠੀਕ ਆ ਨਾ। ਨਹੀਂ ਤੇ ਇਹ ਖੋਲ ਕੇ ਖੜੇ, ਕੁਛ ਨੀ ਕਹਿਣਾ, ਮੈਂ ਜਾਊ ਮੈਨੂੰ ਇਹਨੇ ਕਹਿਣਾ, ਇਹਨਾਂ ਨੂੰ ਕਿਸੇ ਨਿਆਣੇ ਨੂੰ ਵੀ ਨੀ ਕੁਛ ਕਹਿਣਾ, ਜਿਹੜਾ ਮਰਜ਼ੀ ਜਨਾਨੀ ਚਲੋਵੇ, ਬੰਦਾ ਚਲੋਵੇ, ਚੰਗੇ ਦੁੱਧ ਚੰਗੀ ਚਵਾਈ ਵਾਲੀ ਗਰੰਟੀ ਵਾਲੀ ਮੈਂ ਹਾਂ ਬਾਕੀ ਸਾਰੇ ਪੱਖਾਂ ਤੋਂ। ਚਲੋ, ਤੇ ਬਾਕੀ ਨਾਂ ਤੁਹਾਡੇ ਵੀਰ ਦਾ, ਸਰਵਣ ਸਿੰਘ, ਪਿੰਡ ਪੱਡੇ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਤੇ ਨਜ਼ਦੀਕ ਹੈਗਾ ਡੇਰਾ ਬਿਆਸਰਾ ਦਾ ਸਵਾਮੀ, ਇੱਕ ਪਾਸੋਂ ਲੱਗਦਾ ਸ੍ਰੀ ਹਰਗੋਬਿੰਦਪੁਰ, ਇੱਕ ਪਾਸੋਂ ਮਹਿਤਾ ਲੱਗਦਾ। ਜਿਹੜਾ ਮੇਰਾ ਵੀਰ ਵੀ ਆਉਣਾ ਚਾਹੁੰਦਾ ਫੋਨ ਕਰਕੇ ਆਵੇ, ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।